ਕਾਟਵੀਆਂ ਰਖਾਵਾਂ। ਕਾਟਵੀਆਂ ਰਖਾਵਾਂ ਵਿੱਚ ਕੀ ਹੋਏਗਾ, ਉਹਦੇ ਵਿੱਚ ਵੀ ਪਹਿਲਾ ਅੱਖਰ ਪੂਰਾ ਪਾਵਾਂਗੇ, ਦੂਜੇ ਦੇ ਪਹਿਲੇ ਅੱਖਰ ਨਾਲ ਕੱਟ ਦਾਂਗੇ। ਜਿਵੇਂ ਸਿੱਖਿਆ ਸੁਸਾਇਟੀ, ਸਿੱਖਿਆ ਪੂਰਾ ਪਾਇਆ ਸੱਸ ਨਾਲ ਕੱਟਤਾ, ਸਿੱਖਿਆ ਸੁਸਾਇਟੀ। ਬਾਰ ਕੌਂਸਲ, ਬੀਮਾ ਕੰਪਨੀ। ਬਸ ਇਹਦੇ ਵਿੱਚ ਕੁਛ ਨਹੀਂ ਹੈਗਾ, ਰੱਟੇ ਮਾਰਨੇ ਹੈਗੇ ਆ, ਅਤੇ ਬਸ ਪਹਿਲੇ ਅੱਖਰ ਨੂੰ ਪੂਰਾ ਕਲੀਅਰਲੀ ਪਾਓ, ਵਾਵਲ ਲਾ ਕੇ ਪਾਓ, ਦੂਜੇ ਦੇ ਪਹਿਲੇ ਅੱਖਰ ਨਾਲ ਕੱਟਦੇ ਜਾਵਾਂਗੇ। ਬਹੁਤ ਈਜ਼ੀ ਚੈਪਟਰ ਆ ਅਤੇ ਬਹੁਤ ਯੂਜ਼ਫੁੱਲ ਵੀ ਆ। ਕੋਈ ਅੱਖਰ ਲੈਣ ਪੈਰਾ ਇਸ ਤਰ੍ਹਾਂ ਦੀ ਨਹੀਂ ਹੋਊਗਾ ਜਿਹਦੇ ਵਿੱਚ ਦੀ ਲੋੜ ਨਾ ਪਊਗੀ, ਠੀਕ ਆ। ਡਿਪਾਰਟਮੈਂਟਾਂ ਬਾਰੇ ਜ਼ਿਆਦਾ ਹੁੰਦਾ ਹੈਗਾ, ਮਾਲੀ ਕਮਿਸ਼ਨ, ਸੀਡ ਕਾਰਪੋਰੇਸ਼ਨ, ਐਗਰੀਕਲਚਰ ਡਿਪਾਰਟਮੈਂਟ, ਗੌਰਮੈਂਟ ਡਿਪਾਰਟਮੈਂਟ। ਪਹਿਲਾ ਅੱਖਰ ਪੂਰਾ ਦੂਜੇ ਦੇ ਪਹਿਲੇ ਅੱਖਰ ਨਾਲ ਕੱਟ ਦਾਂਗੇ। ਕਰ ਨੀਤੀ, ਨੇਕ ਨੀਤੀ, ਠੀਕ ਆ, ਕਾਂਗਰਸ ਪਾਰਟੀ, ਠੀਕ ਆ, ਲੱਖਪਤੀ, ਲੱਖਪਤੀ ਪਪਨਾ ਕੱਟਤਾ, ਲੇਖਾ ਪੜਤਾਲ, ਪੜਲ ਹੋ ਕੇ ਲੱਗ, ਲੇਖਾ ਪੜਤਾਲ। ਬਹੁਤ ਹੋਣਗੇ ਵਰਡ, ਸਿਮਿਲਰ ਵਰਡ ਵੀ ਹੋ ਸਕਦੇ ਆ, ਪਰ ਉਹ ਲੈਣ ਦੇ ਅਕੋਰਡਿੰਗ ਉਹਦੀ ਸੈਂਸ ਬਣੂਗੀ ਵੀ ਫੱਫਾ ਡੇਅਰੀ ਫਾਰਮ ਲਈ ਕੱਟਿਆ ਕਿ ਕਿਸੇ ਹੋਰ ਅੱਖਰ ਲਈ। ਜਿਵੇਂ ਬੱਬੇ ਨਾਲ ਕਾਫੀ ਮੈਂ ਅੱਖਰ ਕੱਟ ਰਿਹਾ, ਜਿਵੇਂ ਜੀਵਨ ਬੀਮਾ ਬੱਬੇ ਨਾਲ ਕੱਟਿਆ ਗਿਆ, ਉੱਦਾਂ ਹੀ ਸਟੇਟ ਬੈਂਕ ਵੀ ਬੱਬੇ ਨਾਲ ਕੱਟਿਆ ਗਿਆ। ਸਟੇਟ ਬੀਮਾ ਨਹੀਂ ਹੁੰਦਾ, ਉਹਦੇ ਅਕੋਰਡਿੰਗ ਆਪਾਂ ਅੱਖਰ ਨੂੰ ਪੜਾਂਗੇ, ਠੀਕ ਆ। ਇਸ਼ਤਿਹਾਰਬਾਜ਼ੀ ਵਿੱਚ ਹੀ ਬੱਬੇ ਨਾਲ ਕੱਟ ਰਹੇ ਹਾਂ, ਇਸ਼ਤਿਹਾਰ ਬੈਂਕ ਨਹੀਂ ਹੁੰਦਾ ਜਾਂ ਇਸ਼ਤਿਹਾਰ ਬੀਮਾ ਨਹੀਂ ਹੁੰਦਾ, ਉਹਦੇ ਅਕੋਰਡਿੰਗ ਆਪਾਂ ਇਹਨੂੰ ਅੱਖਰ ਨੂੰ ਪੜਾਂਗੇ। ਮੈਡੀਕਲ ਬਿੱਲ, ਉਹ ਸਿੰਸ ਦੇ ਅਕੋਰਡਿੰਗ, ਪਹਿਰੇ ਦੇ ਅਕੋਰਡਿੰਗ, ਜਿੱਥੇ ਦੀ ਲੋੜ ਪਊਗੀ ਉਹਦੇ ਅਕੋਰਡਿੰਗ ਇਹਨੇ ਪੜਾ ਜਾਣਾ। ਤਨਖਾਹ ਬਿੱਲ, ਰਾਸ਼ਟਰ ਮੰਡਲ ਮੰਮੇ ਨਾਲ, ਠੀਕ ਆ, ਸਿਹਤ ਮੰਤਰੀ ਇਹ ਵੀ ਮੰਮੇ ਨਾਲ, ਠੀਕ ਆ, ਰੇਲਵੇ ਸਟਾਫ ਸੱਸੇ ਨਾਲ, ਠੀਕ ਆ। ਆਪਾਂ ਵਿਭਾਗ ਦੇ ਸਿਚੁਏਸ਼ਨ ਦੇ ਅਕੋਰਡਿੰਗ ਅੱਖਰ ਨੂੰ ਪੜਾਂਗੇ, ਭਾਸ਼ਾ ਵਿਭਾਗ, ਜ਼ਿਲ੍ਹਾ ਸਿੱਖਿਆ ਵਿਭਾਗ, ਠੀਕ ਆ, ਪੁਲਿਸ ਵਿਭਾਗ, ਠੀਕ ਹੈ, ਚੋਣ ਵਿਭਾਗ। ਬਸ ਪਹਿਲਾ ਅੱਖਰ ਪੂਰਾ ਪਾਉਣਾ, ਦੂਜੇ ਦੇ ਪਹਿਲੇ ਅੱਖਰ ਨਾਲ ਕੱਟ ਦੇਣਾ ਇਹਨੂੰ, ਠੀਕ ਹੈ ਜੀ। ਕਰੋ ਇਹਨੂੰ, 40 ਕੁ ਪੇਜ ਭਰਨੇ ਇਹਦੇ, ਫਿਰ ਨੈਕਸਟ ਪੈਰਾ ਕਰਦੇ ਹਾਂ। ਹਾਂਜੀ, ਥੈਂਕ ਯੂ ਜੀ।